ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਾਕਿਸਤਾਨ ਜਾ ਕੇ ਚੋਣ ਲੜਨ ਦੀ ਸਲਾਹ ਦਿੱਤੀ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਵੇਤ ਮਲਿਕ ਨੇ ਆਖਿਆ ਹੈ ਕਿ ਸਰਜੀਕਲ ਅਟੈਕ ਦੇ ਸਬੂਤ ਮੰਗਣ ਤੋਂ ਬਾਅਦ ਕੇਜਰੀਵਾਲ ਪਾਕਿਸਤਾਨ ਵਿੱਚ ਹੀਰੋ ਬਣੇ ਹੋਏ ਹਨ, ਇਸ ਲਈ ਉਹਨਾਂ ਨੂੰ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਨੂੰ ਹੀ ਚਲੇ ਜਾਣਾ ਚਾਹੀਦਾ ਹੈ। ਭਾਜਪਾ ਸਾਂਸਦ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਰਹੱਦੀ ਖੇਤਰ ਦੇ ਦੌਰਿਆਂ ਦੌਰਾਨ ਨਰਿੰਦਰ ਮੋਦੀ ਤੇ ਪੰਜਾਬ ਸਰਕਾਰ ਖਿਲਾਫ ਕੀਤੀ ਗਈ ਬਿਆਨਬਾਜ਼ੀ ਨੂੰ ਉਹਨਾਂ ਦੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਜਾਣ ਦੀਆਂ ਅਟਕਲਾਂ ਨੂੰ ਵੀ ਉਹਨਾਂ ਨੇ ਮੌਕਾ ਪ੍ਰਸਤੀ ਦੀ ਰਾਜਨੀਤਿਕ ਕਰਾਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ੍ਹ ਕੁਛ ਸਟੇਟਮੈਂਟਸ ਦੀ ਕਿ ਇਹ ਜੋ ਪ੍ਰੀਵੈਂਸ਼ਨ ਮਈਅਰਸ ਕੀਏ ਗਏ ਪੰਜਾਬ ਸਰਕਾਰ ਦੁਆਰਾ ਉਨਕੀ ਕੋਈ ਜ਼ਰੂਰਤ ਨਹੀਂ ਥੀ, ਤੋ ਮੁਝੇ ਬਹੁਤ ਹੈਰਾਨੀ ਹੋਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀਯ ਫੌਜ ਮੇਂ ਕਾਮ ਕਰ ਚੁੱਕੇ ਹੈ, ਤੋ ਉਨਕੋ ਆਮ ਜਨਤਾ ਸੇ ਜ਼ਿਆਦਾ ਜਾਣਕਾਰੀ ਹੈ ਕਿ ਆਰਮੀ ਕੇ ਕਾਮ ਕਰਨੇ ਕਾ ਕਿਆ ਤਰੀਕਾ ਹੋਤਾ ਹੈ, ਤੋ ਇਟ ਇਜ਼ ਆਲਵੇਜ਼ ਬੈਟਰ, ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ, ਬੈਟਰ ਪ੍ਰੀਵੈਂਟ ਐਂਡ ਪ੍ਰੀਪੇਅਰ ਦੈਨ ਰਿਪੈਂਟ ਐਂਡ ਰਿਪੇਅਰ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਤੋ ਉਸ ਸਤਰ ਪਰ ਜਬ ਭਾਰਤੀਯ ਫੌਜ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੇ ਮਾਰਗਦਰਸ਼ਨ ਮੇਂ ਇੱਕ ਗੌਰਵਮਈ ਇਤਿਹਾਸ ਰਚਾ ਔਰ ਪਾਕਿਸਤਾਨ ਕੇ ਟੈਰਰਿਸਟ ਜੋ ਥੇ ਉਨਕੋ ਉਨਕੇ ਕੈਂਪਸ ਮੇਂ ਜਾ ਕੇ ਮਾਰ ਗਿਰਾਇਆ, ਤੋ ਸਾਰਾ ਦੇਸ਼ ਇਸ ਖੁਸ਼ੀ ਮੇਂ, ਗੌਰਵਮਈ ਖੁਸ਼ੀ ਮੇਂ ਦੀਵਾਲੀ ਕੇ ਮਾਨੋ ਖੁਸ਼ੀਆਂ ਮਨਾ ਰਹਾ ਥਾ। ਤੋ ਕੈਪਟਨ ਅਮਰਿੰਦਰ ਸਿੰਘ ਕਾ ਫੋਕਸ ਇੱਕ ਹੀ ਹੈ, ਵੋ ਹੈ ਚੁਣਾਵ ਰਾਜਨੀਤੀ, ਵੋ ਇਸ ਮੂਮੈਂਟ ਪੇ ਜਬ 125 ਕਰੋੜ ਦੇਸ਼ਵਾਸੀਓ ਕੋ ਇੱਕ ਹੋਣਾ ਚਾਹੀਏ ਰਾਜਨੀਤਿਕ ਰੋਟੀਆਂ ਸੇਕਣੇ ਕੇ ਲੀਏ, ਕਿ ਇਸਕੀ ਕੋਈ ਜ਼ਰੂਰਤ ਨਹੀਂ ਥੀ, ਇਹ ਜੋ ਮਈਅਰਸ ਗਵਰਨਮੈਂਟ ਕਰ ਰਹੀ ਹੈ ਪ੍ਰੀਵੈਂਸ਼ਨ ਕੇ, ਮੈਂ ਉਨਕੋ ਯਾਦ ਕਰਾਉਣਾ ਚਾਹਤਾ ਹੂੰ ਕਿ ਪੁੰਛ ਮੇਂ ਹੈਵੀ ਫਾਇਰਿੰਗ ਹੋਈ, ਰਿਟੈਲੀਏਸ਼ਨ ਐਕਸਪੈਕਟਿਡ ਥੀ ਪਾਕਿਸਤਾਨ ਸੇ, ਤੋ ਪੰਜਾਬ ਸਰਕਾਰ ਕੋ ਮੈਂ ਆਭਾਰੀ ਹੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਕਾ, ਕਿ ਜਿਨ੍ਹੋਂ ਨੇ ਸਟੈਪਸ ਲੀਏ ਔਰ ਐਡਮਿਨਿਸਟ੍ਰੇਸ਼ਨ ਕੋ ਐਕਟਿਵ ਕੀਆ ਕਿ ਇਨ ਕੇਸ ਅਗਰ ਐਸੀ ਕੋਈ ਸ਼ਗਾਨ ਉਹਨੇ ਦੀਏ, ਮੁਝੇ ਇਸ ਪੇ ਚਿੰਤਾ ਵੀ ਹੋਤਾ ਹੈ ਔਰ ਚਿੰਤਨ ਕਰਨੇ ਕੀ ਵੀ ਆਵਸ਼ਕਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਕੇਜਰੀਵਾਲ ਜੈਸੇ ਨੇਤਾ ਹੈ ਕਿ ਜੋ ਇਸ ਮੂਮੈਂਟ ਪੇ ਵੀ ਰਾਜਨੀਤੀ ਕਰ ਰਹੇ ਹੈ, ਤੋ ਕੇਜਰੀਵਾਲ ਜੋ ਕਿ ਆਜਕਲ ਹੀਰੋ ਬਣੇ ਹੋਏ ਆ ਪਾਕਿਸਤਾਨ ਕੇ ਔਰ ਆਪਣੇ ਦੇਸ਼ ਕੇ ਖਿਲਾਫ ਸਟੇਟਮੈਂਟ ਕੇਵਲ ਇਸੀ ਲਈ ਦੇਤੇ ਹੈ ਕਿ ਉਨਕਾ ਜੋ ਹੈ ਪਾਕਿਸਤਾਨ ਮੇਂ ਵੋਟ ਬੈਂਕ ਬਨੇ, ਤੋ ਮੁਝੇ ਸਮਝ ਨਹੀਂ ਆਤਾ ਕਿ ਉਨਕੋ ਅਬ ਯਹਾਂ ਤੋ ਜੜੇ ਉਖੜ ਚੁਕੀ ਹੈ, ਭਾਰਤ ਕੀ ਜਨਤਾ ਕੋ ਉਨਕੇ ਬਾਰੇ ਮੇਂ ਪਤਾ ਚਲ ਚੁਕਾ ਹੈ, ਤੋ ਵੋ ਪ੍ਰਵਾਸੀ ਰਾਜਨੀਤਿਕ ਹੈ, ਤੋ ਮੈਂ ਸਮਝਦਾ ਹੂੰ ਸ਼ਾਇਦ ਯਹੀ ਪ੍ਰਵਾਸ ਕਰਨੇ ਕੀ ਨਾ ਇੱਛਾ ਹੋ, ਕਿ ਸ਼ਾਇਦ ਪਾਕਿਸਤਾਨ ਜਾਣੇ ਕੀ ਇੱਛਾ ਨਾ ਹੋ। ਸਿੱਧੂ ਸਾਹਿਬ ਕਾ ਮੈਨੇ ਸੁਣਾ ਸਮਾਚਾਰ ਪੱਤਰੋ ਕੇ ਮਾਧਿਅਮ ਸੇ ਕਿ ਸਿੱਧੂ ਸਾਹਿਬ ਕਾਂਗਰਸ ਕੇ ਸਾਥ ਕਰ ਰਹੇ ਹੈ, ਮੁਝੇ ਤੋ ਸਮਝ ਨਹੀਂ ਆਇਆ ਕਿ ਐਸੀ ਐਫਰਟਸ ਕਿ ਜਿਸਸੇ ਪਹਿਲੇ ਇਸੀ ਕਾਂਗਰਸ ਕੋ ਕੋਸਤੇ ਰਹੇ, ਕੈਪਟਨ ਅਮਰਿੰਦਰ ਸਿੰਘ ਕੋ ਕੋਸਤੇ ਰਹੇ, ਸੋ ਉਨਕਾ ਸਮਝ ਨਹੀਂ ਆਤਾ, ਕਭੀ ਵੋ ਆਮ ਆਦਮੀ ਪਾਰਟੀ ਕੇ ਪਕਸ਼ ਮੇਂ ਬਾਤ ਕਰਤੇ ਹੈ, ਕਭੀ ਆਮ ਆਦਮੀ ਪਾਰਟੀ ਸੇ ਜਬ ਉਨਕੀ ਨਿਜੀ ਮਹੱਤਵਕਾਂਕਸ਼ਾਓਂ ਕੀ ਪੂਰਤੀ ਨਹੀਂ ਹੋਤੀ, ਤੋ ਵੋ ਆਮ ਆਦਮੀ ਪਾਰਟੀ ਕੇ ਖਿਲਾਫ ਬੋਲਤੇ ਹੈ, ਇਸੀ ਤਰ੍ਹਾਂ ਆਜ ਕਾਂਗਰਸ ਕੀ ਬਾਤੇ ਆ ਰਹੀ ਹੈ, ਸੋ ਆਈ ਥਿੰਕ ਓਪਰਚੁਨਿਜ਼ਮ ਦੇਰ, ਇਹ ਪਬਲਿਕ ਹੈ, ਇਹ ਸਭ ਜਾਣਤੀ ਹੈ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।